ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਨਵਾਂ ਦਿਨ ਹੈ ਜੀ, ਤੁਹਾਡਾ ਸਾਡੇ ਚੈਨਲ 'ਤੇ ਇੱਕ ਵਾਰ ਫਿਰ ਸਵਾਗਤ ਹੈ ਜੀ। ਸੋ ਅਸੀਂ ਅੱਜ ਜਾ ਰਹੇ ਹਾਂ ਜੀ ਲੁਧਿਆਣੇ ਕੀਰਤਨ ਸਮਾਗਮ 'ਤੇ, ਅਤੇ ਬਸ ਰੈਡੀ ਹਾਂ ਜੀ, ਚੱਲੇ ਹਾਂ ਜੀ। ਗੱਡੀ ਸਾਡੀ ਰੈਡੀ ਹੈ ਭਾਅ ਜੀ, ਤਿਆਰ ਨੇ, ਬਸ ਭਾਈ ਸਾਹਿਬ ਆ ਰਹੇ ਨੇ, ਅਤੇ ਆਓ ਤੁਹਾਨੂੰ ਲੈ ਚੱਲਦੇ ਹਾਂ ਅੱਜ ਫਿਰ ਨਵੇਂ ਸਫ਼ਰ 'ਤੇ ਨਾਲ। ਆ ਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਜਾ ਰਹੇ ਹਾਂ ਜੀ ਲੁਧਿਆਣੇ ਅੱਜ ਕੀਰਤਨ 'ਤੇ, ਅਤੇ ਉਸ ਤੋਂ ਪਹਿਲਾਂ ਮੈਨੂੰ ਚਾਹੀਦੀਆਂ ਥੋੜ੍ਹੀਆਂ ਜਿਹੀਆਂ ਫੋਟੋਆਂ ਕਰਾਉਣੀਆਂ ਸੀਗੀਆਂ। ਮੈਂ ਅੱਗੇ ਜਿਹੜੇ ਆਪਣੇ ਸ਼ਬਦ ਆ ਰਹੇ ਉਹਦੇ ਕਵਰ ਵਾਸਤੇ ਫੋਟੋਆਂ ਚਾਹੀਦੀਆਂ ਹੁੰਦੀਆਂ ਨਾ, ਅਤੇ ਉਹ ਖਿਚਵਾ ਲਈਏ, ਫਿਰ ਤੁਹਾਨੂੰ ਅਪਡੇਟਾਂ ਕਰਦੇ ਹਾਂ। ਬਸ ਸਿਲੈਕਟ ਕਰ ਰਹੇ ਜੀ ਕਿਹੜੀ ਕਿਹੜੀਆਂ ਬੈਸਟ ਵਨਸ ਹੈਗੀਆਂ, ਆਪਾਂ ਸ਼ਾਰਟ ਲਿਸਟ ਕਰ ਲੈਣੀਆਂ। ਚਲੋ ਜੀ, ਹੋ ਗਿਆ ਸਾਡਾ ਫੋਟੋ ਸੈਸ਼ਨ, ਅਤੇ ਹੁਣ ਆਪਾਂ ਜਾ ਰਹੇ ਹਾਂ ਜੀ ਲੁਧਿਆਣੇ। ਆਓ ਚੱਲਦੇ ਹਾਂ ਜੀ। ਥੋੜ੍ਹਾ ਜਿਹਾ ਅਸੀਂ ਲੇਟ ਹੋ ਗਏ ਹਾਂ, ਥੋੜ੍ਹਾ ਜਿਹਾ ਆਸ ਨਹੀਂ ਸੀਗੀ ਵੀ ਇੰਨਾ ਟਾਈਮ ਲੱਗੇਗਾ, ਪਰ ਮਹਾਰਾਜ ਦੀ ਕਿਰਪਾ, ਚਲੋ ਟਾਈਮ ਪੂਰਾ ਪੂਰਾ ਹੀ ਹੈ ਭਾਵੇਂ, ਪਰ ਆਪਾਂ ਪਹੁੰਚ ਜਾਵਾਂਗੇ ਵਾਹਿਗੁਰੂ ਵਾਹਿਗੁਰੂ ਕਰਦੇ ਹੋਏ। ਚਲੋ ਜੀ, ਤੇਲ ਵੀ ਪਾ ਲਿਆ। ਲਓ ਜੀ, ਲੁਧਿਆਣੇ ਪਹੁੰਚ ਗਏ ਹੋਏ ਹਾਂ ਜੀ, ਅਤੇ ਬਸ ਥੋੜ੍ਹਾ ਜਿਹਾ ਰਹਿ ਗਿਆ ਪਿੰਡ ਆ। ਮਖਾਣੇ ਫਲੇਵਰਡ ਨੇ, ਮੈਨੂੰ ਤਾਂ ਬਹੁਤ ਵਧੀਆ ਲੱਗਿਆ। ਅੱਛਾ, ਲੋ ਮਹਾਰਾਜ ਡਿੱਗੀ ਖੋਲਦੇ ਹਾਂ। ਕੀ ਲਿਆ ਮੈਂ ਕੁਛ ਨਾ ਕੁਛ। ਅੱਛਾ, ਚੱਲ ਠੀਕ ਹੈ। ਚਲੋ ਜੀ, ਪਹੁੰਚ ਗਏ ਜੀ ਗੁਰੂ ਘਰ ਜਿੱਥੇ ਕੀਰਤਨ ਕਰਨਾ ਅੱਜ। ਹਾਂ
ਗਾਣਾ ਗੁਰੂ ਫਿਰ ਉਹਨੂੰ ਜ਼ਰੂਰ ਪਰਮਾਤਮਾ ਨਾਲ ਮਿਲਾਇਆ ਸ਼੍ਰੀ ਗੁਰੂ ਸਾਡੇ ਬਿੰਦਰਾ ਸਾਹਿਬ ਦੀ ਬੇਟੀ ਹੈ ਜਸਨੀਤ, ਪਿਆਰ ਨਾਲ ਬਹੁਤ ਪਿਆਰ ਨਾਲ ਕੀਰਤਨ ਸੁਣਦੀ ਹੈ। ਰੋਜ਼ ਸਕੂਲੇ ਜਾਣਾ ਤੇ ਗੱਡੀ ਵਿੱਚ ਕੀਰਤਨ ਲੱਗਾ ਹੋਣਾ ਚਾਹੀਦਾ। ਅੱਜ ਸਪੈਸ਼ਲ ਹੈ ਅੱਲਾ ਪਾਕਮ ਪਾ ਕੇ ਹੋਰ ਰਾਜਨ ਕੇ ਰਾਜਾ ਸ਼ਬਦ ਸੁਣਨ ਆਈ ਹੈ। ਚਲੀਏ ਮਹਾਰਾਜ, ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਇੱਦਾਂ ਲੱਗਦਾ ਗੱਡੀ ਬਾਹਰ ਹੀ ਲੈਣ ਦੇਣੀ ਚਾਹੀਦੀ ਸੀਗੀ, ਹੈ ਨਾ। ਵੈਸੇ ਤਾਂ ਇੱਦਾਂ ਹੀ ਹੈ ਚਾਹੀਦਾ, ਬਟ ਹੋ ਜਾਣੀ ਭਾਅ ਜੀ ਭਾਈ ਸਾਹਿਬ ਦੋ ਕੀ ਯਾਰ।